ਖੁਦਾ ਦੇ ਨਾਲ ਪਿਆਰ ਕਰਨ ਵਾਲੇ ਸਦਾ ਬੇਪਰਵਾਹੀ ਦੇ ਵਿੱਚ ਵਿਚਰਦੇ ਆ, ਜਿਨ੍ਹਾਂ ਨੂੰ ਸੰਸਾਰ ਦੀ ਕੋਈ ਪਰਵਾਹ ਨਹੀਂ ਹੁੰਦੀ। ਸੰਸਾਰ ਤੋਂ ਆਪਣੇ ਆਪ ਨੂੰ ਛੁਪਾ ਕੇ ਵੀ ਰੱਖਦੇ ਆ। ਸਾਵਰ ਅੰਦਰ ਸਾਵਰੇ ਤਨ ਇਹ ਵੈਜਾ ਲੈਣ, ਭਗਤ ਫਰੀਦ ਜੀ ਵਚਨ ਕਰਦੇ ਆ, ਹੁਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦਿਨ ਐਸੇ ਬਚਨ ਨੇ, ਉਹ ਤਾਂ ਭੇਤ ਨਾ ਕਿਸੇ ਨੂੰ ਸਾਹਿਬ ਦੀ ਕਰਨੀ ਤੋਂ ਅਵਸਥਾ ਤੋਂ ਅਣਜਾਣ ਸਨ, ਪਰ ਉਹ ਬੇਪਰਵਾਹ ਖੁਦਾ ਦੇ ਨਾਲ ਪਿਆਰ ਕਰਨ ਵਾਲੇ ਖੁਦਾ ਦਾ ਰੂਪ ਕਾਜੀ ਜਲਾਲਦੀਨ ਜੀ, ਜਿਨ੍ਹਾਂ ਨੇ ਪਰਵਾਹ ਨਾ ਕੀਤੀ ਚੰਦੂਮਲ ਦੀ, ਦੁਬਾਰਾ ਫਿਰ ਜਹਾਂਗੀਰ ਬਾਦਸ਼ਾਹ ਨੂੰ ਕਿਹਾ, ਇੰਨੇ ਨੂੰ ਇਹਨਾਂ ਦੇ ਵਜ਼ੀਰ ਖਾਂ ਵੀ ਆ ਜਾਂਦੇ, ਜਿਹੜੇ ਗੁਰੂ ਘਰ ਦੇ ਸ਼ਰਧਾਲੂ ਸੀ, ਜਿਹਨਾਂ ਉੱਤੇ ਕਿਰਪਾ ਹੋਈ ਸੀ। ਉਹਨਾਂ ਨੇ ਵੀ ਕਿਹਾ, ਤੁਸੀਂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਕਿੰਨੇ ਲੰਮੇ ਸਮੇਂ ਤੋਂ ਗਵਾਲੀਅਰ ਦੇ ਕਿਲੇ ਵਿੱਚ ਮਿੱਠੀ ਜੇਲ੍ਹ ਕੀਤੀ ਹੋਈ ਹੈ। ਜਹਾਂਗੀਰ ਬਾਦਸ਼ਾਹ ਦੇ ਜਦੀ ਯਾਦ ਆ ਗਏ, ਕਿਉਂਕਿ ਭੁੱਲ ਚੁੱਕਿਆ ਸੀ, ਚੰਦੂ ਵਰਗਿਆਂ ਨੇ
ਹੋਰ ਪਾਸੇ ਮਨ ਲਾਇਆ ਸੀ ਡਰਦਿਆਂ ਨੇ, ਕਿਤੇ ਸਤਿਗੁਰਾਂ ਨੂੰ ਇਹ ਕਹਿ ਕੇ ਮੈਨੂੰ ਉਹਨਾਂ ਦੇ ਹਵਾਲੇ ਨਾ ਕਰ ਦੇਣ ਕਿ ਆਪਣੇ ਪਿਤਾ ਦਾ ਬਦਲਾ ਲੈ ਲਵੋ, ਆਪਣੇ ਪਾਪਾਂ ਤੋਂ ਡਰਦੇ ਨੇ। ਇਹ ਸਾਰੀ ਸਾਹ 'ਚ ਰਚੀ ਸੀ। ਪਰ ਜਹਾਂਗੀਰ ਪਾਤਸ਼ਾਹ ਸਤਿਗੁਰਾਂ ਦਾ ਬੜਾ ਸਤਿਕਾਰ ਕਰਦਾ, ਜਦੋਂ ਗਵਾਲੀਅਰ ਦੇ ਕਿਲੇ ਵਿੱਚ ਛੱਡਣ ਗਿਆ, ਦਿੱਲੀ ਤੋਂ ਚੱਲੇ, ਪਾਤਸ਼ਾਹ ਦਾ ਪੜਾਅ ਅੱਗੇ ਅੱਗੇ, ਬਾਦਸ਼ਾਹ ਦਾ ਪਿੱਛੇ ਪਿੱਛੇ, ਮਨ 'ਚ ਖਿਆਲ ਆਇਆ ਬਾਦਸ਼ਾਹ ਤਾਂ ਮੈਂ ਹਾਂ, ਕਿੰਨੀ ਲੁਕਾਈ ਮੇਰੇ ਅੰਡਰ ਹੈ, ਕਿੰਨੀ ਧਨ ਦੌਲਤ ਸਾਨੂੰ ਸ਼ੌਕਤ ਹੈ। ਪਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਇੱਕ ਫਕੀਰ ਹਨ, ਸਾਨੂੰ ਸੰਸਾਰ ਦੇ ਲੋਕ ਇੱਕ ਪਾਤਸ਼ਾਹ ਬਾਦਸ਼ਾਹ ਕਹਿੰਦੇ ਨੇ, ਪਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਨੇ? ਹਜੇ ਸੋਚ ਹੀ ਰਿਹਾ, ਇੱਕ ਸਿੱਖ ਆਇਆ, ਉਹਨੂੰ ਪਤਾ ਚੱਲਿਆ ਵੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਇੱਧਰ ਆਏ ਨੇ ਗਵਾਲੀਅਰ ਦੇ ਕਿਲੇ 'ਚ ਜਾਣ ਵਾਸਤੇ। ਉਹਨੇ ਸੋਚਿਆ ਪਾਤਸ਼ਾਹ ਦੇ ਘੋੜੇ ਵਾਸਤੇ ਹਰ ਹਰਾ ਘਾਹ ਲੈ ਜਾਈਏ, ਪਾਤਸ਼ਾਹ ਕਿੰਨੇ ਖੁਸ਼ ਹੋਣਗੇ। ਇੱਕ ਦਮੜਾ ਲਿਆ, ਗਰੀਬ ਘਾਹ ਹੀ ਸਿੱਖ ਨੇ, ਉਹ ਭੁਲੇਖੇ ਨਾਲ ਜਹਾਂਗੀਰ ਬਾਦਸ਼ਾਹ ਦੇ ਪੜਾਅ 'ਚ ਆ ਗਿਆ। ਅਹਿਲਕਾਰਾਂ ਨੂੰ ਕਹਿਣ ਲੱਗਿਆ, ਪਾਤਸ਼ਾਹ ਸੱਚੇ ਪਾਤਸ਼ਾਹ ਕਿੱਥੇ ਨੇ? ਉਹਨਾਂ ਨੇ ਕਿਹਾ, ਕਹਿੰਦੇ ਬਾਦਸ਼ਾਹ ਨੂੰ ਸੱਚੇ ਪਾਤਸ਼ਾਹ ਕਹਿੰਦਾ? ਕਹਿੰਦੇ ਅੰਦਰੇ ਨੇ। ਆਗਿਆ ਲਏ, ਘਾਹ ਦੀ ਪੰਡ ਰੱਖ ਕੇ ਨਾਲ ਦਮੜਾ ਰੱਖਿਆ। ਕਹਿਣ ਲੱਗਿਆ, ਪਾਤਸ਼ਾਹ ਬੜੀ ਕਿਰਪਾ ਹੋਈ, ਤੁਹਾਡੇ ਦਰਸ਼ਨ ਹੋਏ, ਕਿਉਂਕਿ ਬਹੁਤਾ ਜਾਣਦਾ ਨਹੀਂ ਸੀ। ਤੁਸੀਂ ਮੇਰਾ ਲੋਕ ਪ੍ਰਲੋਕ ਸਵਾਰ ਦਿਓ, ਪਾਤਸ਼ਾਹ ਮੇਰੇ ਅਵਗਣ ਮਾਫ਼ ਕਰ ਦਿਓ, ਮੇਰਾ ਜਨਮ ਮਰਨ ਕੱਟ ਦਿਓ। ਬਾਦਸ਼ਾਹ ਨੂੰ ਤਰਸ ਆਇਆ ਵੀ ਤਾਂ ਭੁਲੇਖਾ ਖਾ ਗਿਆ, ਛੇਵੇਂ ਪਾਤਸ਼ਾਹ ਮਹਾਰਾਜਿਆਂ ਦੇ ਕੋਲ ਜਾਣਾ ਇਹਨਾਂ ਨੇ। ਉਹ ਕਹਿਣ ਲੱਗਿਆ, ਤੈਨੂੰ ਦੁਨੀਆਂ ਦੇ ਪਦਾਰਥਾਂ ਮੈਂ ਦੇ ਸਕਦਾ, ਪਰ ਪ੍ਰਲੋਕ ਦੇ ਵਿੱਚ ਤਾਂ ਮੇਰੀ ਵੀ ਕੋਈ ਨਹੀਂ ਚੱਲਦੀ, ਨਾ ਮੈਨੂੰ ਪ੍ਰਲੋਕ ਦਾ ਗਿਆਨ ਹੈ। ਝੱਟ ਹੀ ਦਮੜਾ ਚੱਕ ਲਿਆ, ਘਾਹ ਦੀ ਪੰਡ ਚੱਕੀ। ਕਹਿਣ ਲੱਗੇ, ਜਿਨ੍ਹਾਂ ਦੇ ਕੋਲ ਤੂੰ ਜਾਣਾ, ਛੇਵੇਂ ਪਾਤਸ਼ਾਹ ਮਹਾਰਾਜਿਆਂ ਦਾ ਪੜਾਅ ਤਾਂ ਅੱਗੇ ਹੈ। ਛੇਵੇਂ ਪਾਤਸ਼ਾਹ ਮਹਾਰਾਜਿਆਂ ਦੇ ਕੋਲ ਜਦ ਗਿਆ, ਘਾਹ ਦੀ ਪੰਡ ਰੱਖੀ, ਦਮੜਾ ਰੱਖਿਆ, ਕਹਿੰਦਾ ਪਾਤਸ਼ਾਹ ਜਿਵੇਂ ਬੋੜ ਜਨਮ ਨਾ
ਜਹਾਂਗੀਰ ਬਾਦਸ਼ਾਹ ਨੇ ਕਹਿਲ ਕਰ ਭੇਜਿਆ ਵੀ ਪਿੱਛੇ ਦੇਖ ਕੇ ਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਇਹ ਸਿੱਖ ਨੂੰ ਕੀ ਉੱਤਰ ਦਿੰਦੇ ਹੈ। ਦਮੜਾ ਆਪਣੇ ਪਵਿੱਤਰ ਹੱਥਾਂ ਦੇ ਪਕੜ ਕੇ ਕਹਿਣ ਲੱਗੇ ਪਿਆਰਿਆ ਨਿਹਾਲ 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 ਤੇਰੇ ਲੋਕ ਪਰਲੋਕ ਦੇ ਜ਼ਿੰਮੇਵਾਰ ਅਸੀਂ ਹਾਂ, ਤੂੰ ਚਿੰਤਾ ਨਾ ਕਰ। ਜਪਜੀ ਸਾਹਿਬ ਦਾ ਪਾਠ ਕਰਿਆ ਕਰ, ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ, ਇਹ ਉਪਦੇਸ਼ ਹੋਇਆ। ਆਓ ਜਹਾਂਗੀਰ ਪਾਤਸ਼ਾਹ ਇਹ ਕੌਤਕ ਦੇਖ ਕੇ ਜਾਂ ਸੁਣ ਕੇ ਬੜਾ ਨਿਹਾਲ ਹੋਇਆ ਅਤੇ ਹੋਰ ਮਨ ਵਿੱਚ ਸ਼ਰਧਾ ਆਈ। ਇਹਨਾਂ ਗੱਲਾਂ ਤੋਂ ਪ੍ਰਭਾਵ ਸੀ ਹੁਣ ਜਦੇ ਹੀ ਯਾਦ ਆ ਗਿਆ, ਜਦੇ ਸਾਧ ਸੰਗਤ ਜੀ ਸ਼ਾਹੀ ਹੁਕਮ ਕਰਤਾ ਪਾਤਸ਼ਾਹ ਨੂੰ ਹੁਣੇ ਹੀ ਰਿਹਾ ਕਰ ਦਿੱਤਾ ਜਾਵੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ। ਆਓ ਅੱਗੇ ਜਿਵੇਂ ਸਾਹਿਬ ਸ੍ਰੀ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਆਪ ਰਿਹਾ ਹੋਣਾ ਜਾਂ 52 ਰਾਜਿਆਂ ਨੂੰ ਨਜਾਤ ਦਿਵਾਉਣੀ ਹੈ, ਉਹਦੀ ਬਹੁਤ ਵਿਚਾਰ ਹੁਣ ਆਪਾਂ ਬਾਬਾ ਰਣਜੀਤ ਸਿੰਘ ਜੀ ਜਿਹੜੇ ਘਲੋਟੀ ਵਾਲੇ ਨੇ ਉਹ ਮਹਾਂਪੁਰ ਕਰਨਗੇ। ਦਸ ਦਾ ਸਮਾਂ ਸਮਾਪਤ ਹੈ, ਦਾਸ ਨੇ ਅੱਗੇ ਜਾਣਾ। ਦਾਸ ਇੱਥੇ ਹੀ ਖਿਮਾ ਮੰਗਦੇ ਭਾਈ, ਕਿਉਂਕਿ ਸਾਰਾ ਪਰਿਵਾਰ ਰਾੜਾ ਸਾਹਿਬ ਦੀ ਫੁਲਵਾੜੀ ਆ, ਇੱਕੋ ਪਰਿਵਾਰ ਹੈ। ਆਓ ਦਾਸ ਨੇ ਕੀਰਤਨ ਦੀ ਸੇਵਾ ਧੰਨ ਧੰਨ ਸਚਖੰਡ ਵਾਸੀ ਸੰਤ ਮਹਾਰਾਜ ਸੰਤ ਬਾਬਾ ਬਲਵੰਤ ਸਿੰਘ ਜੀ ਰਾੜਾ ਸਾਹਿਬ ਲੰਗਰ ਵਾਲੇ ਸ਼੍ਰੀਮਾਨ ਮਹਾਰਾਜ ਜੀ ਉਹਨਾਂ ਪੂਰਨ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਕਿਰਪਾ ਦੁਆਰਾ ਭਾਈ ਕੀਰਤਨ ਦੀ ਸੇਵਾ ਨਿਭਾਈ ਹੈ। ਸੇਵਾ ਨਿਭਾਉਂਦਿਆਂ ਕੋਲੋਂ ਦਾਸ ਦੇ ਕੋਲੋਂ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ, ਮੈਂ ਜੇ ਅਣਜਾਣ ਆ ਮੈਨੂੰ ਖਿਮਾ ਕਰ ਦੇਣੀਆਂ। ਆਓ ਬਾਬਾ ਜੀਆਂ ਦੀ ਰਸਨਾ ਤੋਂ ਇਲਾਹੀ ਬਾਣੀ ਦਾ ਭਾਈ ਕੀਰਤਨ ਸਰਵਣ ਕਰਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।